ਆਇਆ ਕਰਕੇ ਮੈਂ ਸਵੇਰੇ ਆਪ ਉੱਠਿਆ ਸ਼ੁਕਰ ਕਰੋ ਬਾਹਰ ਉੱਠ ਰਹੀ ਹੈ ਬਾਈ ਆ ਕੇ ਆਉਂਦਾ ਤੂੰ ਪਹਿਲੇ ਕੰਮ ਚਲੇ ਨਹੀਂ ਪਹਿਲੇ ਕਿ ਉਸ ਤਰ੍ਹਾਂ ਨਹੀਂ सीक्रेट सर्विस के अंदर काम कर रहा था कहाँ काम कर रहा था जी मैं तो एआईजी के करता भी ये काम करते हैं बस जैसे सिंह मुश्किल ही घर वाले तो ये ना दही लेके आ रहे हैं खेलना खेलना लिटरली लाइक दैट मुश्किल नहीं लग रहा ਇੱਕ ਗ੍ਰਿਪ ਨਾਲ ਤੋਂ ਹੋ ਗਿਆ ਹੈ ਇਹ ਉਮਰ ਵਾਲਾ ਬੈਟ ਉਹਨੂੰ ਮੈਂ ਆਪਣਾ ਲੈਤਾ ਤੂੰ ਤਾਂ ਇੱਕ ਹੀ ਐਂਡ ਤੋਂ ਲੈਣਾ ਦੋ ਦੋ ਖੇਲਣਾ ਹੀ ਹੈ ਸ਼ਾਇਦ ਮੈਂ ਸਟਿੱਕਰ ਲਾ ਕੇ ਬੱਲੇ ਸੇ ਵੀ ਖੇਲਣਾ ਸਕੋਰ ਹੋ ਰਹਾ ਹੈ ਗੁੱਡ ਵਨ ਸਕੋਰ ਹੋ ਰਹਾ ਹੈ ਅਬੇ ਬਾਰਿਸ਼ ਸਕੋਰ ਕਰਨ ਦੇ ਕਰ ਕੋਈ ਯਾਰ ਸਿਰਫ ਦੋ ਮੈਚ ਚੱਲਦਾ ਉਹਨੇ ਕੈਪਟਨ ਮੈਂ ਕੈਪਟਨ ਪਲੇਅਰ मार लेंगे दौड़ना भी है तू तो दौड़ कल एमआरआई खेलन गया बहुत दूर जाती है शाबाश 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 उमर भाई शाबाश शाबाश खेल के शाबाश 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 उमर भाई सीधा निकल गया होगा देन विल बी प्लेइंग कैच अप टू स्टे इन द पोजीशन शॉट पांदे पांदे दा हाथ थोड़ा स्मार्ट कटिंग करे
ਨਿੰਦਰ ਆਈ ਹੈ ਤੁਹਾਨੂੰ ਫੀਲਿੰਗ ਆਈ ਇਧਰ कोई गल नहीं शाबाश आएगी नहीं नहीं बादल नहीं की नजर आ रहे शाबाश शाबाश राम ने जाबा उमर भाई इस तरह नहीं करेगा कार तो लेना होनी है ना उछानी पे जो खुचा जी माइया गोली पीछे काम चल रही इन्हें गुस्से ना करानी है पीछे से उन्हें विकेट करानी नहीं थी उन्हें मतलब ना तो पटी भी है कोई थोड़ी थोड़ी जी बयान जो मैं तदे कहूँगा टोल टोल के खेल रहा है वो दिन तो कोई नहीं था मैं इस बाल दे मोड़ी नहीं थी बनाया पटी टुटदे उन्हें अंदर करानी नहीं थी कीपर इन्नी रेंज नहीं कि वो उतो जाके वाइड को फेरे पहली बार चिका गुस्सा दवाया तेरा भी करना है गुस्सा है ਇਸ ਮੈਚ ਤੋਂ ਬਾਅਦ ਮੈਚ ਤੋਂ ਬਾਅਦ ਸਹੀ ਹੋ ਗਿਆ ਮੈਂ ਮੈਚ ਤੋਂ ਬਾਅਦ
ਵਾਹ ਬਬੂ ਜਿਹਾ ਬੱਚਾ ਹੈ ਕੌਣ ਤੇ ਉਹ ਬੜਾ ਬਬਲੂ ਜਿਹਾ ਉਹ ਸਲਿੱਪ ਹੀ ਖਲੋਤਾ ਤੇਜ਼ ਤੇਜ਼ ਉਹ ਹੈ ਜਾਣੀ ਚਾਹੀਦੀ ਹੈ ਕਹਿੰਦਾ ਅਗਲਾ ਆ ਮੇਰੇ ਦਿਨ ਵਾਹ ਚੱਕ ਤੋਂ ਸ਼ਾਬਾਸ਼ ਆ ਦਿਲਾਈ ਹਾਈ ਕੋਲ ਆਲੀ ਹੋਰ ਵਾਜ਼ ਦੀ ਤੇ ਜੋਂਗਲ ਮੇ ਖੇਲਦਾ ਉਹ ਤਾਂ ਉਹ ਸਿਆੜ ਨੂੰ ਹੋ ਗਿਆ ਇਹਨਾਂ ਵਗੇ ਖੇਡਦੇ ਨੇ ਵੇਖਿਆ ਮੈਂ ਕੋਤਾ ਹੀ ਚੁਗ ਲਿਆ ਨੇ ਦੀਦੀ ਨੂੰ ਕੱਚੇ ਹੀ ਲਾ ਲੈਣ ਦੀਦੀ ਹਾਂ ਕੱਚੇ ਹੀ ਤੋੜ ਲਿਆ ਨੇ ਸ਼ਾਬਾ ਸ਼ਾਬਾ ਸਹੀ ਹੈ ਮੇਰਾ ਭਰਾ ਲੱਗੇ ਰਹੋ ਇੰਜ ਮੁੰਨੀ ਸ਼ਾਬਾ ਮਾਰੀ ਲੈਣੀ ਅੱਜ ਟੂਰਨਾਮੈਂਟ ਕਰਾ ਦੂੰਗਾ ਇਹੋ ਜਿਹੀ ਗੇਂਦ ਸਿੱਧੀ ਹੱਥ 'ਚ ਮਾਰ ਦੇਣੀ ਕਿੰਨੇ ਉਮਰ ਹੋਏ ਜਾਂ ਕਿਸੇ ਦਾਨੀ ਬਿੰਦ ਸੈੱਟ ਕਰ ਲੈਣ ਅਤੇ ਦਾਨੀ ਬਿੰਦ ਹੀ ਉਹਨੂੰ ਸੀਰੀਅਸ ਬਹੁਤ ਪਸੰਦ ਨੇ ਪੁੱਛਾ ਨਹੀਂ ਐਵੇਂ ਬਸ ਉਹਦੇ ਦੇ ਜੋੜੀ ਹੋਈ ਗੱਲ ਚਾੜ ਤੂੰ ਇੱਥੋਂ ਮਾਰ ਲਈ ਇਤਨੀ ਮੋਟੀ ਨੀ ਹੋਣੀ ਚਾਹੀਦੀ ਬਹੁਤ ਛੋਟੇ ਹੱਥ ਮੈਨੂੰ ਪਤਾ ਹੀ ਉਹ ਖਲੋ ਕੇ ਮਾਰਦੇ ਹੋਰ ਬਾਹਰ ਟੁੱਟ ਜਾਣੀ ਸੀ ਇਹਦੀ ਬਾਹਰ ਨਿਕਲਦੀ ਥੋੜੀ ਜਿਹੀ ਸ਼ਾਟ ਮੁੰਨੀ ਸ਼ਾਬਾ ਮੇਰਾ ਭਰਾ ਆਰਾਮ ਨਾਲ ਦੋ ਹੁੰਦੇ ਨੇ ਜੇ ਟਾਈਮ ਲਾਓ ਤਾਂ ਇੱਥੇ ਮੈਂ ਰਨਿੰਗ ਕਰਦਾ ਹੁੰਦਾ ਦੀਲ ਵੀਕ ਕੀ ਪਤਾ ਮੇਰੇ ਪੈਦਾ ਹੁੰਦੇ ਬਲੇ ਕਾ ਵਕਤਾ ਉਹ ਉਸ ਤੋਂ ਮੈਂ ਬਾਲਿੰਗ ਕਰਦਾ ਉਹ ਵੱਡੇ ਮੋਹਰੇ ਦੀ ਟੋਪੀ ਲੈ ਟੋਪੀ ਦੋ ਲਿਆਇਆ ਸੀ ਨਾ ਮੈਂ ਕਿਹਾ ਇੱਕ ਸੱਕ ਲੈ ਲਿਆ ਸੱਕ ਵੀ ਕਹਿੰਦਾ ਸੀ ਬਣਦਾ ਤੇ ਇਹਨੂੰ ਬੈਟ ਪਾ ਬਿਠਾ ਦੇ ਦੂਜਾ ਹੋਵੇ ਅਜੇ ਕੀਪਿੰਗ ਨਹੀਂ ਕਰੇਗਾ ਬਾਲਿੰਗ ਕਰੇਗਾ ਸਾਕੇ ਕੋ ਅਗਰ ਕੀਪਿੰਗ ਕਰਾ ਦੀ ਭਾਗੇਗਾ ਕੌਣ ਗਰਾਉਂਡ ਹੈ ਇਹ ਗੱਲ
टेंट पैक अभी 11 रहता है तो आधे घंटे की ड्राइव है वहां से। सही आ रहे हो जी आशा जी। सही रात पे उस्ताद नु लेके जैरो को बैठा रहंदी उथे सिटी 44 दी। आ रात ही उस्ताद लाई हुई थी उथे बैठता फोटो। ओ पैप मैं तो गाला भी कट दिया जो सही जेड़ा मारन वाला उनु उनु मार देनी। ਖੇਡਣ ਮਿਡਲ ਚ ਏਡਾ ਕਲਾਸਾ ਮਾਰ ਰਿਹਾ ਤੇਰੀ ਸੋਚ ਮੇਰੇ ਤੇ ਲੱਗ ਜਾਣਾ ਇਹਦਾ ਕਨੈਕਟ ਨਹੀਂ ਹੁੰਦਾ ਅਦੀਲ ਭਾਈ ਨੂੰ ਜੋਸ਼ ਮਾਰਿਆ। ਅੱਛਾ ਨਹੀਂ ਮੈਂ ਕਿਹਾ ਹੈਲਮਟ ਲਾਉਣ ਲੱਗੇ ਟੋਪੀ ਲਾਈ ਨਾ ਨਹੀਂ ਨਹੀਂ ਟੋਪੀ ਪਾਈ ਪਾਰਟਨਰਸ਼ਿਪ ਨਹੀਂ ਲੱਗੀ ਉਸ ਤੋਂ ਬਾਅਦ ਕੋਈ ਨਹੀਂ ਬੈਕ ਟੂ ਬੈਕ ਬਿਲਟਾ ਨਹੀਂ ਇਹਦੀ ਕਿਹੜੀ ਫੋਰ ਤੁਹਾਡੇ ਤੋਂ ਜਾਣਾ ਜਾਂਦੀ ਉਹਦੀ ਸਾਰੀ ਜ਼ਿਆਦਾ ਵੀ ਨਹੀਂ 10 12 ਰਨ ਦੀ ਵੀ ਤੁਸੀਂ ਤਾਂ ਜਾਣਾ ਉਧਰ ਹੀ ਹਾਂ ਤੇ ਹੋਰ ਨਾਂ ਤੋਂ ਜਾਣਾ ਮੈਂ ਪ੍ਰੋਗਰਾਮ ਚਾਰ ਰਨ ਆ ਗਿਆ ਮੈਂ ਕਿਹਾ ਬੋਲ ਆਤੀ ਬੋਲ ਡੱਕਣੀ ਆ ਵਾਪਸੀ ਦੇ ਉੱਤੇ ਚੱਲੇ ਹੋਰੀ ਵੀ ਨਾ ਜਾਣਾ ਇਹ ਤਾਂ ਲੇਜ਼ੀ ਆਇਆ ਬਿਲਕੁਲ ਲੇਜ਼ੀ ਆਇਆ ਨਹੀਂ ਉਹ ਫਲਾਈਟ ਹੈ ਫੁੱਲ ਟੌਸ ਹੀ ਮਾਰਨ ਵਾਲੀ ਵੀ ਗੇਮ ਅੱਗੇ ਜਮੀਨ ਵੀ ਜਾਣਾ ਤੇ ਉਹ ਵੀ ਤਨ ਹੋ ਗਿਆ ਲਾਈ ਮੈਂ ਵੀ ਨਾਲ ਫਲਾਈਟ ਪੇ ਵੀ ਮੇਰਾ ਜੋ ਛੱਡ 162 ਮੈਂ ਆਰਡਰ ਹੋ ਗਿਆ।